ਤੁਹਾਨੂੰ ਲੱਗਦਾ ਸੀਗਾ ਕਿ ਜੇ ਖਾਲਸਾ ਸਾਈਡ ਨਾ ਆਉਂਦੀ ਤਾਂ ਕੁਝ ਬਣਦਾ? ਨਾ ਜੀ, ਨਾ ਇਹ ਬਣਦੀਆਂ ਨਹੀਂ, ਖਾਲਸਾ ਸਾਈਡ ਨਾ ਆਉਂਦੀ ਤਾਂ ਬਣਦੀਆਂ ਵੀ ਨਹੀਂ ਹੈਗੀਆਂ ਨਹੀਂ। ਇੰਨਾ ਖਰਚਾ ਵੀ ਨਹੀਂ ਹੈਗਾ ਜਿਹੜਾ ਵੀ ਖਰਚਾ ਕੋਈ ਲਾ ਕੇ ਜ਼ਮੀਨਾਂ 'ਤੇ ਬਣਾ ਲਊਗਾ, ਇੰਨਾ ਖਰਚਾ ਕਿੱਥੇ ਜ਼ਿਮੀਂਦਾਰ ਕੋਲ ਹੈਗਾ? ਵੀ ਫਸਲਾਂ ਵੀ ਸਾਰੀਆਂ, ਨਾ ਕਾ ਕਣਕ ਹੋਈ ਅਤੇ ਨਾ ਝੋਨਾ ਹੀ ਹੋਇਆ, ਕਰਜ਼ਾ ਤਾਂ ਪਹਿਲਾਂ ਚੜਿਆ ਪਿਆ ਸੀ। ਹੁਣ ਤਾਂ ਗਾਹ ਉਹਦੇ ਬੱਚਿਆਂ ਦੀ ਵੀ ਜਿਹੜੀ ਪੜ੍ਹਾਈ ਦਾ ਖਰਚਾ ਵੀ ਹੋਵੇ, ਗਾਹ ਜਿਵੇਂ ਸਾਉਣ ਦੀ ਫਸਲ ਹੋ ਗਈ ਜਾਂ ਚੰਗੀ ਭਾਗੀ ਸੁੱਖ ਸੁੱਖਾਂ ਦੇ ਨਾਲ, ਜਦੋਂ ਵੀ ਖਰਚਾ ਨਿਕਲ ਆਊਗਾ। ਅਸੀਂ ਸ਼ੁਕਰਗੁਜ਼ਾਰ ਕਰਦੇ ਹਾਂ ਖਾਲਸਾ ਸਾਈਡ ਦਾ ਵੀ ਜਿਹਨਾਂ ਨੇ ਸਾਡੀਆਂ ਖੇਤੀਆਂ ਬਣਾ ਕੇ ਦਿੱਤੀਆਂ। ਵਿਆਹੀ ਮੱਕੀ ਦੀ ਹੋ ਗਈ, ਹੁਣ ਮੂੰਗੀ ਦੀ ਵਿਆਹੀ ਵੀ ਆ ਗਈ, ਉਹ ਵੀ ਪਹਿਲੀਆਂ ਦੋਨਾਂ ਤੱਕ ਦਾ ਬੱਤਰ ਆ ਜਾਣੀਆਂ, ਮੂੰਗੀ ਦੀ ਵਿਆਹੀ ਵੀ ਹੋ ਜਾਣੀ ਆ। ਅਸੀਂ ਤਾਂ ਧੰਨਵਾਦ ਕਰਦੇ ਹਾਂ ਖਾਲਸਾ ਸਾਈਡ ਦਾ, ਜਿੰਨਾ ਹੋ ਜਾਵੇ ਉਨਾ ਹੀ ਥੋੜ੍ਹਾ ਵਾ। ਬਹੁਤ ਬਹੁਤ ਸ਼ੁਕਰਗੁਜ਼ਾਰ ਇਹਨਾਂ ਦੇ ਖਾਲਸਾ ਸਾਈਡ ਦਾ, ਵਹੀਦਾਂ ਦੇ। ਖਾਲਸਾ ਸਾਈਡ ਨੇ ਮੱਤ ਤਾਂ ਬੜੀ ਕੀਤੀ ਆ ਵੀ, ਪਹਿਲਾਂ ਵੀ ਜਿਸ ਤਰ੍ਹਾਂ ਪੈਲੀਆਂ ਪੱਧਰੀਆਂ ਕੀਤੀਆਂ, ਤੇਲ ਦਿੱਤੇ, ਸਾਧਨ ਸਾਡੇ, ਹੁਣ ਵਿਆਹੀ ਦੀ ਇਹਨਾਂ ਕਿਰ ਕੇ ਦਿੱਤੀ ਆ ਵੀ ਮੱਕੀ ਦੀ ਵਿਆਹੀ ਕੀਤੀ। ਹੁਣ ਬਾਅਦ ਉਦਣ ਦੇ ਆਖੀ ਦਾ ਚੱਲ ਮੱਕੀ ਆ ਜਾਣੀ, ਮੱਕੀ ਦਾ ਬੀਜ ਆ ਗਿਆ, ਅੱਜ ਵਿਆਹੀ ਹੋ ਗਈ ਆ, ਬਹੁਤ ਵਧੀਆ।